ਅਹਿਮ ਗੱਲ ਕਰਦੇ ਹਾਂ ਬਠਿੰਡਾ ਤੇ ਪਠਾਨਕੋਟ ਦੀ ਜਿੱਥੇ ਡੇਂਗੂ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ 80-80 ਦੇ ਕਰੀਬ ਡੇਂਗੂ ਦੇ ਮਾਮਲੇ ਰਿਪੋਰਟ ਹੋਏ ਨੇ ਸਿਵਲ ਹਸਪਤਾਲਾਂ ਦੇ ਵਿੱਚ ਪ੍ਰਬੰਧਾਂ ਦੀ ਸਿੱਧੇ ਤੌਰ ਤੇ ਘਾਟ ਨਜ਼ਰ ਆ ਰਹੀ ਹੈ ਹਸਪਤਾਲਾਂ ਦੇ ਵਿੱਚ ਪ੍ਰਬੰਧ ਪੂਰੇ ਨਹੀਂ ਨੇ ਬੈੱਡ ਤੇ ਮੱਛਰਦਾਨੀਆਂ ਦੀ ਘਾਟ ਸਿੱਧੇ ਤੌਰ ਤੇ ਨਜ਼ਰ ਆ ਰਹੀ ਹੈ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਹੋਣ ਦੇ ਲਈ ਆਪਣੀਆਂ ਮੱਛਰਦਾਨੀਆਂ ਨਾਲ ਲੈ ਕੇ ਆਉਣਾ ਪੈ ਰਿਹਾ ਹੈ ਬਠਿੰਡਾ ਦੇ ਵਿੱਚ ਵੀ ਡੇਂਗੂ ਦੇ 80 ਮਾਮਲੇ ਸਾਹਮਣੇ ਆਏ ਨੇ ਤੇ ਪਠਾਨਕੋਟ ਦੇ ਵਿੱਚ ਵੀ ਡੇਂਗੂ ਦੇ 80 ਮਾਮਲੇ ਰਿਪੋਰਟ ਕੀਤੇ ਗਏ ਨੇ ਸਾਡੇ ਕੋਲ ਪੂਰੇ ਪ੍ਰਬੰਧ ਹੈ ਟੈਸਟਾਂ ਦਾ ਪੂਰਾ ਪ੍ਰਬੰਧ ਹੈ ਅਸੀਂ ਡੇਂਗੂ ਲਈ ਸਪੈਸੀਫਿਕ ਵਾਰਡ ਬਣਾਇਆ ਹੋਇਆ ਜਿਹੜੇ ਵੀ ਮਰੀਜ਼ ਆਉਣਗੇ ਡੇਂਗੂ ਵਾਰਡ 'ਚ ਰੱਖਣ ਲਈ ਪ੍ਰੋਪਰ ਉਹਨਾਂ ਦੇ ਬੈੱਡ ਮੱਛਰਦਾਨੀ ਵਗੈਰਾ ਲਾ ਕੇ ਜੋ ਵੀ ਰਿਕੁਆਇਰਮੈਂਟ ਉਹ ਪੂਰੀ ਕੀਤੀ ਹੋਈ ਹੈ 80 ਕੇਸ 79 ਕੇਸ ਪੋਜ਼ਿਟਿਵ ਆਏ ਹੈ ਪਰ ਸਾਡੇ ਕੋਲ ਡਿਸਟ੍ਰਿਕਟ ਹਸਪੀਟਲ 'ਚ ਕੋਈ ਮਰੀਜ਼ ਅਜੇ ਦਾਖਲ ਨਹੀਂ ਹੈ ਜਿਵੇਂ ਸਭ ਜਾਣਦੇ ਹੋ ਤੁਸੀਂ ਕਿ ਡੇਂਗੂ ਦੇ ਜਿਹੜੇ ਕੇਸ ਲਗਾਤਾਰ ਬਹੁਤ ਵੱਧ ਰਹੇ ਆ ਅਤੇ ਲੋਕਾਂ ਨੂੰ ਅਵੇਅਰ ਕਰਨ ਦੇ ਨਾਲ ਨਾਲ ਹੁਣ ਕੁਛ ਦਿਨਾਂ ਤੋਂ ਸਕੂਲਾਂ ਦੇ ਵਿੱਚ ਵੀ ਜਿਹੜੀ ਅਵੇਅਰਨੈਸ ਕੀਤੀ ਜਾ ਰਹੀ ਆ ਅੱਜ ਅਸੀਂ ਇਸੇ ਤਹਿਤ ਹੀ ਆਰੀਆ ਸਕੂਲ ਵਾਈਜ਼ ਡਲਹੌਜ਼ੀ ਰੋਡ ਵਿਖੇ ਜਿਹੜੀ ਅਵੇਅਰਨੈਸ ਕਰਨ ਆਏ ਹਾਂ ਕਾਰਪੋਰੇਸ਼ਨ ਦੀ ਟੀਮ ਆ ਜੀ ਰਲ ਕੇ ਜਿਹੜਾ ਕੰਮ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਡੇਂਗੂ ਦੇ ਕੇਸ ਬਹੁਤ ਜ਼ਿਆਦਾ ਵੱਧ ਰਹੇ ਆ ਆਪਣਾ ਖਿਆਲ ਰੱਖੋ ਆਲੇ ਬਿਊਰੋ ਰਿਪੋਰਟ NC7 ਨਿਊਜ਼